ਦਾ ਮਤਲਬ ਕੀ ਹੁੰਦਾ ਇਹ ਸੜਕਾਂ ਤੋਂ ਪਤਾ ਲੱਗਦਾ। ਅੱਜ ਅਕਾਲੀ ਦਲ ਵਿਰੋਧੀ ਧਿਰਚਾ ਤੇ ਵਿਧਾਨ ਸਭਾ ਵੱਲ ਵਧਣ ਨੂੰ ਕੋਸ਼ਿਸ਼ ਕਰ ਰਿਹਾ ਵਿਕਰਮ ਮਜੀਠੀਆ, ਇੱਥੇ ਇੱਕ ਰੈਲੀ ਕੀਤੀ ਗਈ ਸੈਕਟਰ 25 ਚੰਡੀਗੜ੍ਹ 'ਚ, ਇੱਥੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ, ਵਿਧਾਨ ਸਭਾ ਦਾ ਘਿਰਾਓ ਕਰਨ ਲਈ ਕਿਹਾ ਗਿਆ ਸੀ। ਵਿਕਰਮ ਮਜੀਠੀਆ ਤੁਸੀਂ ਦੇਖ ਸਕਦੇ ਹੋ, ਵਿਕਰਮ ਮਜੀਠੀਆ ਵੀ ਆ ਚੁੱਕੇ ਨੇ। ਵੱਡੇ ਪੱਧਰ ਦੇ ਉੱਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਵਾਟਰ ਕੈਨਨ ਚਲਾਏ ਜਾ ਰਹੇ ਨੇ ਅਕਾਲੀ ਦਲ ਦੇ ਵਰਕਰਾਂ ਤੇ, ਲਾਠੀ ਚਾਰਜ ਕਰਨ ਦੀ ਵੀ ਨੌਬਤ ਆ ਰਹੀ ਹੈ, ਭੀੜ ਨੂੰ ਤਿੱਤਰ ਬਿੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰ ਨੇ ਜੋ ਉਹ ਇਸ ਰੈਲੀ 'ਚ ਪਹੁੰਚੇ ਹੋਏ ਸੀ। ਵਿਕਰਮ ਮਜੀਠੀਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਰਕਰਾਂ ਦੇ ਵਿਚਕਾਰ ਆ ਚੁੱਕੇ ਨੇ, ਵਰਕਰ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਨੇ ਤਾਂ ਕਿ ਵਿਕਰਮ ਮਜੀਠੀਆ ਤੇ ਪਾਣੀ ਦੀਆਂ ਵਿਛਾੜਾਂ ਨਾ ਪੈਣ। ਵਰਕਰ ਦੇਖੋ ਤੁਸੀਂ ਕਿਸ ਤਰ੍ਹਾਂ ਭਜਾਏ ਜਾ ਰਹੇ ਨੇ, ਸੁਖਬੀਰ ਬਾਦਲ ਵੀ ਆ ਚੁੱਕੇ ਨੇ, ਵਿਕਰਮ ਮਜੀਠੀਆ ਵੀ ਆ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਪਹਿਲੀ ਵਾਰ ਬੜੇ ਲੰਬੇ ਸਮੇਂ ਬਾਅਦ ਇਹ ਵਿਜ਼ੂਅਲ ਤੁਸੀਂ ਦੇਖ ਰਹੇ ਹੋਵੋਗੇ, ਇਹ ਵਿਜ਼ੂਅਲ ਬਹੁਤ ਲੰਬੇ ਸਮੇਂ ਬਾਅਦ ਤੁਸੀਂ ਦੇਖ ਰਹੇ ਹੋਵੋਗੇ ਕਿ ਸੁਖਬੀਰ ਬਾਦਲ ਕਿਸੇ ਧਰਨੇ 'ਚ ਨੇ, ਸੁਖਬੀਰ ਬਾਦਲ ਕਿਸੇ ਵਾਟਰ ਕੈਨਨ ਦੇ ਸਾਹਮਣੇ ਨੇ, ਜਲ ਤੋਪ ਦਾ ਸਾਹਮਣਾ ਸੁਖਬੀਰ ਬਾਦਲ ਕਰ ਰਹੇ ਨੇ। ਇਹ ਤੁਸੀਂ ਲੰਬੇ ਸਮੇਂ ਬਾਅਦ ਦੇਖ ਰਹੇ ਹੋਵੋਗੇ ਕਿਉਂਕਿ ਅਕਾਲੀ ਦਲ 10 ਸਾਲ ਸੱਤਾ 'ਚ ਰਿਹਾ, ਅਕਾਲੀ ਦਲ ਤੇ ਐਲੀਗੇਸ਼ਨ ਲੱਗੇ ਤਰ੍ਹਾਂ ਤਰ੍ਹਾਂ ਦੇ। ਹੁਣ ਜਦੋਂ ਅਕਾਲੀ ਦਲ ਵਿਰੋਧੀ ਧਿਰ 'ਚ ਆਇਆ ਤਾਂ ਹੁਣ ਅਕਾਲੀ ਦਲ ਕਾਂਗਰਸ ਨੂੰ ਘੇਰ ਰਿਹਾ ਕਿ ਅਸੀਂ ਤਾਂ ਕੰਮ ਕਰਦੇ ਸੀ, ਸਰਕਾਰ ਨੇ ਕਿਹਾ ਸੀ ਸਮਾਰਟਫੋਨ ਦੇਵਾਂਗੇ, ਸਰਕਾਰ ਨੇ ਕਿਹਾ ਸੀ ਬਹੁਤ ਕੁਝ ਦੇਵਾਂਗੇ, ਪਰ ਕੁਝ ਨਹੀਂ ਕੀਤਾ। ਤੁਸੀਂ ਦੇਖ ਸਕਦੇ ਹੋ ਇਹ ਐਲੀਗੇਸ਼ਨਾਂ ਦੇ ਥਰੂ ਹੀ ਵਿਧਾਨ ਸਭਾ ਵੱਲ ਨੂੰ ਵੱਧ ਰਹੇ ਸੀ ਸੁਖਬੀਰ ਬਾਦਲ। ਸਾਹਮਣੇ ਤੁਸੀਂ ਵਿਜ਼ੂਅਲ 'ਚ ਦੇਖ ਸਕਦੇ ਹੋ, ਇਹ ਵਿਜ਼ੂਅਲ ਜਿਵੇਂ ਮੈਂ ਕਹਿ ਰਿਹਾ ਕਿ ਪਿਛਲੇ ਸਮੇਂ ਦੇ 10-11 ਸਾਲਾਂ 'ਚ ਤੁਸੀਂ ਨਹੀਂ ਦੇਖੇ ਹੋਣੇ। 10 ਸਾਲ ਤਾਂ ਅਕਾਲੀਆਂ ਦੀ ਸਰਕਾਰ ਰਹੀ, 10 ਸਾਲ ਤੋਂ ਬਾਅਦ ਸੁਖਬੀਰ ਬਾਦਲ ਸੜਕਾਂ 'ਤੇ ਨਿਕਲ ਕੇ ਪਹਿਲਾਂ ਪੋਲ ਖੋਲ ਰੈਲੀਆਂ ਕਰ ਰਹੇ ਨੇ ਅਤੇ ਅੱਜ ਚੰਡੀਗੜ੍ਹ ਦੇ ਅੰਦਰ ਕੈਪਟਨ ਸਰਕਾਰ ਨੂੰ ਘੇਰਨ ਪੁੱਜੇ ਸੀ, ਵਿਧਾਨ ਸਭਾ ਨੂੰ ਘੇਰਨ ਪੁੱਜੇ ਸੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ। ਤਾਂ ਬੜੇ ਲੰਮੇ ਸਮੇਂ ਬਾਅਦ ਉਹ ਦੌਰ ਯਾਦ ਹੋਊਗਾ ਤੁਹਾਡੇ, ਪਟਿਆਲੇ ਦੇ ਅੰਦਰ ਜਦੋਂ ਸੁਖਬੀਰ ਬਾਦਲ ਗ੍ਰਿਫਤਾਰ ਹੋਏ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਗ੍ਰਿਫਤਾਰ ਹੋਏ ਸੀ, ਉਸ ਗ੍ਰਿਫਤਾਰੀ ਤੋਂ ਬਾਅਦ ਵੀ ਅਕਾਲੀ ਵਰਕਰ ਇਸੇ ਤਰ੍ਹਾਂ ਸੜਕਾਂ 'ਤੇ ਨਿਕਲੇ ਸੀ, ਮੁੜ ਕੇ ਅਕਾਲੀ ਦਲ ਸੱਤਾ 'ਚ ਆਇਆ ਸੀ। ਤਾਂ ਸੱਤਾ 'ਚ ਆਉਣ ਦਾ ਗਰਾਊਂਡ ਆ ਜੋ ਉਹ ਤਿਆਰ ਕੀਤਾ ਜਾ ਰਿਹਾ, ਸੱਤਾ 'ਚ ਆਉਣ ਦੀ ਸਿਆਸੀ ਜ਼ਮੀਨ ਆ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ, ਕਿਉਂਕਿ ਡਿਊਟੀ ਹੁੰਦੀ ਹੈ ਪੁਲਿਸ ਦੀ, ਲਾਅ ਐਂਡ ਆਰਡਰ ਮੇਨਟੇਨ ਕਰਨਾ, ਤਾਂ ਚੰਡੀਗੜ੍ਹ ਪੁਲਿਸ ਜਲ ਤੋਪਾਂ ਚਲਾ ਰਹੀ ਹੈ, ਪਰ ਇੱਕ ਜ਼ਮੀਨ ਪੰਜਾਬ ਦੀ ਰਾਜਨੀਤੀ ਦੇ ਸੈਂਟਰ ਸਟੇਜ ਕਿਵੇਂ ਆਇਆ ਜਾਵੇ, ਕਿਉਂਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਅਕਾਲੀ ਦਲ 15 ਸੀਟਾਂ 'ਤੇ ਸਿਫਟਿਆ। 1937 ਤੋਂ ਲੈ ਕੇ 2017 ਤੱਕ ਅਕਾਲੀ ਦਲ ਕਦੇ ਵੀ 30 ਸੀਟਾਂ ਤੋਂ ਕਹਿੰਦੇ ਨਹੀਂ ਘਟਿਆ ਸੀਗਾ, ਅਕਾਲੀ ਦਲ ਦੀਆਂ ਸੀਟਾਂ ਆਉਂਦੀਆਂ ਰਹੀਆਂ ਨੇ, ਪਰ ਪਹਿਲੀ ਵਾਰ ਅਕਾਲੀ ਦਲ ਆ ਜਿਹੜਾ ਉਹ ਸਿਮਟਿਆ ਗਾ 15 ਸੀਟਾਂ 'ਤੇ। ਆਮ ਆਦਮੀ ਪਾਰਟੀ ਆਈ, ਟ੍ਰੈਂਗੂਲਰ ਫਾਈਟ ਹੋਈ, ਪਹਿਲਾਂ ਵੀ ਬਹੁਤ ਸਾਰੀਆਂ ਤੀਜੇ ਬਦਲ ਬਣਦੇ ਰਹੇ, ਤੀਜੀਆਂ ਧਿਰਾਂ ਬਣਦੀਆਂ ਰਹੀਆਂ, ਟੌੜਾ ਸਾਹਿਬ ਵੀ ਆਏ, ਚੰਦੂ ਮਾਜਰਾ ਵੀ ਆਏ, ਕਿਸੇ ਨੇ ਰਿਸਪੌਂਡ ਨਹੀਂ ਕੀਤਾ। ਪਹਿਲੀ ਵਾਰ ਅਕਾਲੀ ਦਲ ਦੇ ਨੂੰ ਉਤਸ਼ਾਹ ਮਿਲਿਆ, ਤੁਸੀਂ ਦੇਖ ਸਕਦੇ ਹੋਗੇ ਅਕਾਲੀ ਦਲ ਦੇ ਲੀਡਰ ਸੁਖਬੀਰ ਬਾਦਲ ਜਿਹੜੇ ਤੁਸੀਂ 10-11 ਸਾਲਾਂ ਤੋਂ ਜਾਂ ਤਾਂ ਵੱਡੀਆਂ ਗੱਡੀਆਂ 'ਚ ਦੇਖੇ ਹੋਣੇ ਆ, ਜਾਂ ਹੈਲੀਕਾਪਟਰ 'ਚ ਦੇਖੇ ਹੋਣੇ ਆ, ਜਾਂ ਰੈਲੀਆਂ 'ਚ ਬੋਲਦੇ ਦੇਖੇ ਹੋਣੇ ਆ, ਜਾਂ ਮੁੱਖ ਮੰਤਰੀ ਦਫ਼ਤਰ ਦੇਖੇ ਹੋਣੇ ਆ, ਉਪ ਮੁੱਖ ਮੰਤਰੀ ਦੇ ਦਫ਼ਤਰ ਦੇਖੇ ਹੋਣੇ ਆ, ਬਾਦਲ ਪਿੰਡ 'ਚ ਦੇਖੇ ਹੋਣੇ ਆ, ਇਸ ਤਰ੍ਹਾਂ ਸੜਕਾਂ 'ਤੇ ਸੁਖਬੀਰ ਬਾਦਲ ਤੁਹਾਨੂੰ ਲੰਬੇ ਸਮੇਂ ਬਾਅਦ ਨਜ਼ਰ ਆ ਰਹੇ ਨੇ ਕਿਸੇ ਪ੍ਰੋਟੈਸਟ ਦੇ ਅੰਦਰ। ਇਹ ਆਪਦੇ ਆਪ 'ਚ ਵੱਡੀ ਗੱਲ ਆ ਕਿ ਇਸ ਤਰ੍ਹਾਂ ਦਾ ਪ੍ਰੋਟੈਸਟ ਜਿਹੜਾ ਹੈਗਾ ਅਕਾਲੀ ਦਲ ਦੇ ਵੱਲੋਂ, ਵੱਡੇ ਪੱਧਰ 'ਤੇ ਵਰਕਰ ਆਏ ਹੋਏ ਨੇ, ਵੱਡੇ ਪੱਧਰ ਦੇ ਉੱਤੇ ਵਰਕਰ ਆਏ ਹੋਏ ਨੇ, ਵੱਡੇ ਪੱਧਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਪਿੱਛੇ ਤੱਕ ਮੈਂ ਸਾਡੇ ਕੈਮਰਾਮੈਨ ਅਮਿਤ ਨੂੰ ਕਹੂੰਗਾ ਕਿ ਪਿੱਛੇ ਤੱਕ ਉਹ ਦਿਖਾਏ ਅਕਾਲੀ ਦਲ ਦੇ ਵਰਕਰ। ਅਕਾਲੀ ਦਲ ਨੇ ਵੱਡੀ ਭੀੜ ਇਕੱਠਾ ਕੀਤੀ ਆ ਪੂਰੇ ਪੰਜਾਬ 'ਚੋਂ, ਅਤੇ ਪੂਰੇ ਪੰਜਾਬ ਤੋਂ ਇਹ ਅਕਾਲੀ ਦਲ ਦੇ ਵਰਕਰ ਆਏ ਨੇ ਔਰ ਉਹਨਾਂ ਦੀ ਅਗਵਾਈ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ। ਜਿਵੇਂ ਅਕਸਰ ਲੀਡਰਾਂ 'ਤੇ ਸਵਾਲ ਉੱਠਦੇ ਨੇ ਕਿ ਵਰਕਰਾਂ ਦੀ ਤਾਂ ਡਾਂਗਾਂ ਪੈ ਜਾਂਦੀਆਂ ਨੇ ਪਰ ਲੀਡਰ ਭੱਜ ਜਾਂਦੇ ਨੇ, ਪਰ ਅੱਜ ਸੁਖਬੀਰ ਬਾਦਲ ਲੋਕਾਂ ਦੇ ਵਿੱਚ ਖੜ੍ਹੇ ਨੇ, ਤੁਸੀਂ ਸਾਹਮਣੇ ਦੇਖ ਸਕਦੇ ਹੋ। ਸੁਖਬੀਰ ਬਾਦਲ ਸ਼ਾਇਦ ਹੁਣ ਗ੍ਰਿਫਤਾਰੀ ਦੇਣਗੇ, ਹੁਣ ਗ੍ਰਿਫਤਾਰੀ ਦੇਣ ਦਾ ਪਹਿਲਾਂ ਹੀ ਐਲਾਨ ਹੋਇਆ ਸੀ ਕਿ ਅਕਾਲੀ ਦਲ ਗ੍ਰਿਫਤਾਰੀਆਂ ਦੇਊਗਾ ਇਸ ਮਸਲੇ ਦੇ ਉੱਤੇ। ਤਾਂ ਚੰਡੀਗੜ੍ਹ ਵਾਟਰ ਦੀਆਂ
ਚੰਡੀਗੜ੍ਹ ਪੁਲਿਸ ਦੀਆਂ ਪਾਟਰ ਕੈਨਨ ਨੇ ਜਿਹੜੇ ਉਹ ਖਤਮ ਹੋ ਚੁੱਕੇ ਨੇ, ਯਾਨੀ ਚੰਡੀਗੜ੍ਹ ਦੀਆਂ ਪੁਲਿਸ ਦੀਆਂ ਜਲ ਤੋਪਾਂ ਚੱਲਣੀਆਂ ਖਤਮ ਹੋ ਚੁੱਕੀਆਂ ਨੇ। ਅਥਰੂ ਗੈਸ ਦੀ ਆ ਬੈਨ ਤੁਸੀਂ ਖੜੀ ਹੈ, ਬੈਨ ਐਂਟੀ ਰਾਇਟ ਵਹੀਕਲ ਆ ਜਿਹੜਾ ਅਥਰੂ ਗੈਸ ਹੁੰਦਾ। ਆਮ ਤੌਰ ਤੇ ਜਦੋਂ ਪ੍ਰੋਟੈਸਟ ਹੁੰਦੇ ਨੇ, ਜਿਹੜੀ ਪ੍ਰੋਟੈਸਟ ਦੀ ਰਣਨੀਤੀ ਜੇ ਅਸੀਂ ਤੁਹਾਨੂੰ ਸਮਝਾਈਏ, ਸਭ ਤੋਂ ਪਹਿਲਾਂ ਵਾਟਰ ਕੈਨਨ ਚੱਲਦੇ ਨੇ, ਫਿਰ ਅਥਰੂ ਗੈਸ ਚੱਲਦੇ ਨੇ, ਤੇ ਫਿਰ ਆ ਜਿਹੜੀ ਰੈਪਿਡ ਐਕਸ਼ਨ ਫੋਰਸ ਹੁੰਦੀ ਆ, ਫਿਰ ਇਹ ਲਾਠੀ ਚਾਰਜ ਕਰਦੀ ਹੈ। ਉਹਦੀ ਜੇ ਨੌਬਤ ਆਵੇ ਤਾਂ ਸਭ ਤੋਂ ਪਹਿਲਾਂ ਜਲ ਤੋਪਾਂ ਚੱਲਦੀਆਂ ਨੇ। ਹੁਣ ਜਲ ਤੋਪਾਂ ਖਤਮ ਹੋ ਚੁੱਕੀਆਂ ਨੇ, ਹੁਣ ਦੇਖਣਾ ਕਿ ਅਕਾਲੀ ਦਲ ਦੇ ਵਰਕਰ ਗ੍ਰਿਫਤਾਰੀਆਂ ਦਿੰਦੇ ਨੇ ਜਾਂ ਫਿਰ ਚੰਡੀਗੜ੍ਹ ਪੁਲਿਸ ਲਾਠੀ ਚਾਰਜ ਦਾ ਰਾਹ ਪੱਧਰਾ ਤੁਸੀਂ ਦੇਖ ਸਕਦੇ ਹੋ। ਲਾਠੀ ਚਾਰਜ ਦੀ ਤਿਆਰੀ ਹੋ ਚੁੱਕੀ ਆ, ਲਾਠੀ ਚਾਰਜ ਕਰਨ ਦੇ ਲਈ ਚੰਡੀਗੜ੍ਹ ਪੁਲਿਸ ਅੱਗੇ ਆ ਚੁੱਕੀ ਹੈਗੀ, ਡਾਂਗਾਂ ਚਲਾਈਆਂ ਜਾ ਰਹੀਆਂ ਨੇ ਕਿਉਂਕਿ ਬੈਰੀਕੇਡ ਚੰਡੀਗੜ੍ਹ ਪੁਲਿਸ ਦੇ ਤੋੜੇ ਜਾ ਰਹੇ ਨੇ। ABP ਸਾਂਝਾ ਨੇ ਪਹਿਲਾਂ ਹੀ ਦੱਸਿਆ ਸੀ ਕਿ ਬੈਰੀਕੇਡ ਤੋੜੇ ਜਾਣਗੇ। ਤੁਸੀਂ ਦੇਖ ਸਕਦੇ ਹੋ NK ਸ਼ਰਮਾ ਸੁਖਬੀਰ ਬਾਦਲ ਦੇ ਖਜ਼ਾਨਚੀ ਨੇ, ਜਿਹੜੇ ਸੁਖਬੀਰ ਅਕਾਲੀ ਦਲ ਦੇ ਖਜ਼ਾਨਚੀ ਨੇ, ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਨੇ, ਕਹਿੰਦੇ ਜਿਹੜਾ ਵੱਡਾ ਫਾਈਨਾਂਸ ਹੁੰਦਾ ਅਕਾਲੀ ਦਲ ਨੂੰ, ਉਹ 'ਚ NK ਸ਼ਰਮਾ ਦਾ ਵੀ ਹੱਥ ਹੁੰਦਾ। ਬੜੇ ਵੱਡੇ ਰੀਅਲ ਸਟੇਟ ਕਾਰੋਬਾਰੀ ਨੇ ਮੋਹਾਲੀ ਦੇ ਏਰੀਏ ਦੇ ਅੰਦਰ, ਤਾਂ ਤੁਸੀਂ ਦੇਖ ਸਕਦੇ ਹੋ ਅਕਾਲੀ ਦਲ ਦੇ ਵਰਕਰ ਤੱਕੜੀ ਦੇ ਝੰਡਿਆਂ ਦੇ ਨਾਲ ਡਟੇ ਹੋਏ ਨੇ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ, ਅਕਾਲੀ ਦਲ ਦੇ MLA, ਅਕਾਲੀ ਦਲ ਦੇ ਹਰ ਜ਼ਿਲ੍ਹੇ 'ਚੋਂ ਆਏ ਹੋਏ ਵਰਕਰ, ਚੰਡੀਗੜ੍ਹ ਪੁਲਿਸ ਦੇ ਵਾਟਰ ਕੈਨਨ ਆਮ ਤੌਰ ਤੇ ਖਤਮ ਨਹੀਂ ਹੁੰਦੇ, ਵਾਟਰ ਕੈਨਨ ਖਤਮ ਹੋਣ ਤੱਕ ਭੀੜ ਤਿੱਤਰ ਬਿੱਤਰ ਹੋ ਜਾਂਦੀ ਆ। ਉਹ ਦੇਖੋ ਤੁਸੀਂ ਲਾਠੀ ਚਾਰਜ ਦੀ ਸ਼ੁਰੂਆਤ ਹੋ ਚੁੱਕੀ ਹੈ, ਲਾਠੀ ਚਾਰਜ ਦੀ ਸ਼ੁਰੂਆਤ ਹੋ ਚੁੱਕੀ ਹੈ। ਬ੍ਰਹਮਪੁਰਾ ਜਿਹੜੇ ਸਾਬਕਾ MLA ਰਹੇ ਨੇ, ਜਿਹੜੇ ਹਾਰ ਚੁੱਕੇ ਨੇ, ਦੇਖੋ ਤੁਸੀਂ ਲਾਠੀ ਚਾਰਜ ਉਹਨਾਂ ਦੇ ਉੱਤੇ ਹੋ ਰਿਹਾ ਹੈਗਾ। ਚੰਡੀਗੜ੍ਹ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਜਾ ਰਿਹਾ ਤੇ ਉਧਰ ਅਕਾਲੀ ਵਰਕਰ ਵੀ ਡੰਡੇ ਲੈ ਕੇ ਚੰਡੀਗੜ੍ਹ ਪੁਲਿਸ ਦੇ ਉੱਤੇ, ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਪੁਲਿਸ ਦੇ ਉੱਤੇ ਵੀ ਪੱਥਰ ਸਿੱਟੇ ਜਾ ਰਹੇ ਨੇ। ਉਧਰੋਂ ਚੰਡੀਗੜ੍ਹ ਪੁਲਿਸ ਵੀ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਵਾਲ ਹੁਣ ਇਹ ਆ ਕਿ ਇਹ ਵਰਕਰ ਗ੍ਰਿਫਤਾਰੀਆਂ ਦੇਣਗੇ, ਵਾਪਸ ਜਾਣਗੇ, ਜਾਂ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਲਾਠੀ ਚਾਰਜ ਵੀ ਹੋ ਸਕਦਾ। ਮਹਿਲਾਵਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ, ਹਰ ਵਰਗ ਨੇ ਨੁਮਾਇੰਦਗੀ ਕੀਤੀ ਅਕਾਲੀ ਦਲ ਦੇ ਇਸ ਧਰਨੇ ਦੇ ਅੰਦਰ, ਮਹਿਲਾਵਾਂ ਵੀ ਆਈਆਂ ਹੋਈਆਂ ਨੇ। ਲੜਾਈ ਸਿਰਫ ਪਰਸੈਪਸ਼ਨ ਗੇਮ ਦੀ ਹੈ, ਲੜਾਈ ਪੰਜਾਬ ਦੇ ਲੋਕਾਂ ਨੂੰ ਇਹ ਜਚਾਉਣ ਦੀ ਹੈ ਸੁਖਬੀਰ ਬਾਦਲ ਵੱਲੋਂ ਕਿ ਸੈਮੀ ਫਾਈਨਲ ਅਸੀਂ ਜਿੱਤ ਰਹੇ ਹਾਂ। ਅੱਜ ਸੁਖਬੀਰ ਬਾਦਲ ਨੇ ਕਿਹਾ ਵੀ ਕਿ ਅਸੀਂ 13 ਸੀਟਾਂ ਜਿੱਤਾਂਗੇ, ਤਾਂ ਫਾਈਨਲ ਦੇ ਅੰਦਰ 2022 ਫਾਈਨਲ ਆ, 2019 ਸੈਮੀ ਫਾਈਨਲ ਆ, ਸੈਮੀ ਫਾਈਨਲ ਦੀ ਲੜਾਈ ਦੇ ਲਈ ਇਹ ਸਾਰਾ ਗਰਾਊਂਡ ਤਿਆਰ ਹੋ ਰਿਹਾ। ਪੰਜਾਬ ਦੀਆਂ ਪੋਲ ਖੋਲ ਰੈਲੀਆਂ ਤੋਂ ਲੈ ਕੇ ਚੰਡੀਗੜ੍ਹ ਵਿਧਾਨ ਸਭਾ ਦਾ ਘਿਰਾਓ ਆ, ਜਿਹੜਾ ਪੰਜਾਬ ਵਿਧਾਨ ਸਭਾ ਦਾ ਘਿਰਾਓ ਆ ਉਹ ਆ। ਇੱਕ ਇੰਟਰਸਟਿੰਗ ਗੱਲ ਅੱਜ ਕੱਲ੍ਹ ਕੀ ਹੋਣ ਲੱਗੀ ਆ, ਜਿਹੜਾ ਉੱਪਰ ਡਰੋਨ ਚੱਲ ਰਿਹਾ ਸ਼ਾਇਦ ਇਹ ਅਕਾਲੀ ਦਲ ਦਾ ਡਰੋਨ ਹੋਏਗਾ, ਆਮ ਤੌਰ ਦੇ ਉੱਤੇ ਹੁੰਦਾ ਹੈਗਾ। ਅਕਾਲੀ ਦਲ ਦੇ ਵੱਲੋਂ ਲਾਠੀ ਚਾਰਜ ਤੁਸੀਂ ਦੇਖ ਸਕਦੇ ਹੋ, ਲਾਠੀ ਚਾਰਜ ਸ਼ੁਰੂ ਹੋ ਚੁੱਕਿਆ ਹੈਗਾ, ਚੰਡੀਗੜ੍ਹ ਪੁਲਿਸ ਲਾਠੀ ਚਾਰਜ ਦੇ ਨਾਲ ਭੀੜ ਨੂੰ ਤਿੱਤਰ ਬਿੱਤਰ ਕਰ ਰਹੀ ਹੈ। ਤੁਸੀਂ ਦੇਖ ਸਕਦੇ ਹੋ ਸੁਖਬੀਰ ਬਾਦਲ ਵੀ ਇਸੇ ਭੀੜ 'ਚ ਨੇ, ਹੁਣ ਦੇਖਦੇ ਹਾਂ ਕਿ ਪੁਲਿਸ ਉਹਨਾਂ ਦੇ ਨਾਲ ਕੀ ਸਲੂਕ ਕਰਦੀ ਹੈ। ਬਿਕਰਮ ਮਜੀਠੀਆ, ਸੁਖਬੀਰ ਬਾਦਲ, ਚੰਡੀਗੜ੍ਹ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਹੈਗਾ। ਬਿਕਰਮ ਮਜੀਠੀਆ ਅਜੇ ਵੀ ਸਾਹਮਣੇ ਖੜੇ ਨੇ, ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਆਲੇ ਦੁਆਲੇ ਸਿਕਿਉਰਿਟੀ ਆ ਚੁੱਕੀ ਹੈ। ਸਿਕਿਉਰਿਟੀ ਦੱਸ ਰਹੀ ਹੈ ਪੁਲਿਸ ਨੂੰ ਕਿ ਬਿਕਰਮ ਮਜੀਠੀਆ ਨੇ, ਇਹ ਪੰਜਾਬ ਦੇ ਸਾਬਕਾ ਮੰਤਰੀ ਨੇ ਜਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ। ਚੰਡੀਗੜ੍ਹ ਪੁਲਿਸ ਵੀ ਬਿਕਰਮ ਮਜੀਠੀਆ ਵੱਲ ਵੀ ਹੋਈ ਹੈ, ਪਰ ਬਾਕੀਆਂ ਦੇ ਉੱਤੇ ਲਾਠੀ ਚਾਰਜ ਸ਼ੁਰੂ ਹੋ ਚੁੱਕਿਆ ਤੇ ਲਾਠੀ ਚਾਰਜ ਤੋਂ ਬਾਅਦ ਅਕਾਲੀ ਵਰਕਰ ਜਾਣਾ ਸ਼ੁਰੂ ਹੋ ਗਏ ਨੇ। ਤੁਸੀਂ ਦੇਖ ਸਕਦੇ ਹੋ ਸਾਰੇ ਵਰਕਰ ਨੇ ਜਿਹੜੇ ਉਹ ਅਕਾਲੀ ਦਲ ਦੇ ਜਾ ਰਹੇ ਨੇ ਭੀੜ ਨੂੰ ਤਿੱਤਰ ਬਿੱਤਰ ਕਰਨ ਦੇ ਲਈ। ਜਿਵੇਂ ਪਹਿਲਾਂ ਕਿਹਾ ਸੀ, ਸਭ ਤੋਂ ਪਹਿਲਾਂ ਜਿਹੜਾ ਵਾਟਰ ਕੈਨਨ ਚਲਾਇਆ ਜਾਂਦਾ, ਫਿਰ ਉਸ ਤੋਂ ਬਾਅਦ ਲਾਠੀ ਚਾਰਜ ਕੀਤਾ ਜਾਂਦਾ। ਸੁਖਬੀਰ ਬਾਦਲ ਸ਼ਾਇਦ ਬੈਠ ਗਏ ਨੇ, ਬਿਕਰਮ ਮਜੀਠੀਆ ਬੈਠ ਗਏ ਨੇ ਉਸੇ ਥਾਂ ਦੇ ਉੱਤੇ, ਤੁਸੀਂ ਦੇਖ ਸਕਦੇ ਹੋ ਬਿਕਰਮ ਮਜੀਠੀਆ ਉਸ ਥਾਂ ਦੇ ਉੱਤੇ ਬੈਠ ਗਏ ਨੇ। ਅਸੀਂ ਇਸ ਲੰਮੀ ਰਿਪੋਰਟਿੰਗ ਇਸ ਕਰਕੇ ਦਿਖਾ ਰਹੇ ਹਾਂ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਪੰਜਾਬ ਦੀ ਅਕਾਲੀ ਦਲ ਦੀ ਰਾਜਨੀਤੀ 'ਚ ਇਸ ਤਰ੍ਹਾਂ ਹੋ ਰਿਹਾ, ਕਿਉਂਕਿ ਅਕਾਲੀ ਦਲ 10 ਸਾਲ ਤੋਂ ਸੱਤਾ ਸੀ,
ਤੇ ਹੁਣ ਆਪੋਜੀਸ਼ਨ 'ਚ ਵੀ ਰੈਲੀਆਂ ਕਰ ਰਿਹਾ ਸੀ। ਤਾਂ ਜਿਹੜੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਰਿਹਾ ਸੀ, ਮੈਂ ਅਮਿਤ ਨੂੰ ਕਹੂੰਗਾ ਉਹ ਸਾਹਮਣੇ ਜਿਹੜਾ ਡਰੋਨ ਹੈਗਾ, ਆਮ ਤੌਰ ਦੇ ਉੱਤੇ ਇਹ ਹੁੰਦਾ ਗਾ ਕਿ ਹੁਣ ਜਿਹੜੀਆਂ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਸ ਤਰ੍ਹਾਂ ਦੇ ਡਰੋਨ ਨਾਲ ਆਪਣੇ ਸ਼ਾਟ ਕੈਪਚਰ ਕਰ ਲੈਂਦੀਆਂ ਨੇ, ਇਹਨਾਂ ਡਰੋਨਾਂ ਦੇ ਜ਼ਰੀਏ ਸ਼ਾਟ ਕੈਪਚਰ ਕਰਕੇ ਫਿਰ ਉਹ ਆਉਣ ਵਾਲੇ ਦਿਨਾਂ 'ਚ ਇਹਨੂੰ ਪਬਲਿਸ਼ ਕਰਦੀਆਂ ਨੇ। ਪੰਜਾਬ ਦੇ ਅੰਦਰ ਜਿਹੜੀ ਸੋਸ਼ਲ ਮੀਡੀਆ ਪਰਸੈਪਸ਼ਨ ਗੇਮ ਹੁੰਦੀ ਹੈ ਉਹਦੇ ਜਦੋਂ ਪੱਥਰਬਾਜ਼ੀ ਸ਼ੁਰੂ ਹੋ ਗਈ, ਚੰਡੀਗੜ੍ਹ ਪੁਲਿਸ ਪਿੱਛੇ ਮੁੜੀ ਹੈ, ਅਕਾਲੀ ਦਲ ਦੇ ਵਰਕਰ ਪੱਥਰਬਾਜ਼ੀ ਕਰ ਰਹੇ ਨੇ, ਤੁਸੀਂ ਦੇਖ ਸਕਦੇ ਹੋ, ਅਕਾਲੀ ਦਲ ਦੇ ਵਰਕਰਾਂ ਨੇ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਨੇ, ਅਕਾਲੀ ਦਲ ਦੇ ਵਰਕਰਾਂ ਨੇ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਨੇ, ਤੁਸੀਂ ਸਾਹਮਣੇ ਦੇਖ ਸਕਦੇ ਹੋ ਅਕਾਲੀ ਦਲ ਦੇ ਵਰਕਰਾਂ ਵੱਲੋਂ ਪੱਥਰ ਚਲਾਏ ਜਾ ਰਹੇ ਨੇ। ਅਮਿਤ ਯੂਮ ਕਰਕੇ ਦਿਖਾਉਣਗੇ ਤੁਹਾਨੂੰ, ਅਕਾਲੀ ਦਲ ਦੇ ਵਰਕਰ ਪੱਥਰ ਚਲਾ ਰਹੇ ਨੇ ਚੰਡੀਗੜ੍ਹ ਪੁਲਿਸ ਦੇ ਉੱਤੇ। ਤੁਹਾਨੂੰ ਪਤਾ ਚੰਡੀਗੜ੍ਹ ਪੁਲਿਸ ਆ ਜਿਹੜੀ ਪਹਿਲਾਂ ਉੱਧਰ ਨੂੰ ਗਈ ਸੀ, ਹੁਣ ਇਹ ਪਿੱਛੇ ਆ ਰਹੀ ਹੈ, ਪਿੱਛੇ ਆਉਣ ਦਾ ਮਤਲਬ ਇਹੀ ਹੈ ਕਿ ਪਹਿਲਾਂ ਅੱਗੇ ਗਈ ਤੇ ਉਧਰੋਂ ਲਾਠੀ, ਉਧਰੋਂ ਫਿਰ ਲਾਠੀਚਾਰਜ ਸ਼ੁਰੂ ਹੋ ਗਿਆ। ਸਾਹਮਣੇ ਤੁਸੀਂ ਦੇਖ ਸਕਦੇ ਹੋ ਫਿਰ ਚੰਡੀਗੜ੍ਹ ਪੁਲਿਸ ਦੇ ਵੱਲੋਂ ਲਾਠੀਚਾਰਜ ਸ਼ੁਰੂ ਹੋ ਚੁੱਕਿਆ ਗਾ। ਆਮ ਤੌਰ ਦੇ ਉੱਤੇ ਸੁਖਬੀਰ ਬਾਦਲ ਨੇ ਵੀ ਬੇਨਤੀ ਕੀਤੀ ਸੀ, ਵਿਕਰਮ ਮਜੀਠੀਆ ਨੇ ਵੀ ਬੇਨਤੀ ਕੀਤੀ ਸੀ ਕਿ ਕੋਈ ਸ਼ਾਂਤਮਈ ਧਰਨੇ ਨੂੰ ਰੱਖਿਆ ਜਾਵੇ। ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹੀ ਕਿਹਾ ਸੀ ਕਿ ਧਰਨੇ ਨੂੰ ਸ਼ਾਂਤਮਈ ਰੱਖਿਆ ਜਾਵੇ। ਸੁਖਬੀਰ ਬਾਦਲ ਵੀ ਬੈਠੇ ਨੇ, ਵਿਕਰਮ ਮਜੀਠੀਆ ਵੀ ਬੈਠੇ ਨੇ, ਪਰ ਅਕਾਲੀ ਦਲ ਦੇ ਵਰਕਰ ਪੱਥਰਬਾਜ਼ੀ ਕਰ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਲਾਠੀਚਾਰਜ ਕਰ ਰਹੀ ਹੈਗੀ। ਤਾਂ ਹੁਣ ਦੇਖਣਾ ਗਾ ਕਿ ਇਹ ਲੜਾਈ ਕਦੋਂ ਤੱਕ ਖਤਮ ਹੁੰਦੀ ਹੈ। ਵੈਸੇ ਗ੍ਰਿਫਤਾਰੀਆਂ ਦੇਣ ਦਾ ਸਾਰਾ ਸੀਗਾ, ਰੋਕ ਰਹੇ ਨੇ, ਤੁਸੀਂ ਇਹ ਵੀ ਦੇਖ ਸਕਦੇ ਹੋ ਅਕਾਲੀ ਦਲ ਦੇ ਵਰਕਰ ਜਾਂ ਅਕਾਲੀ ਦਲ ਦੇ ਲੀਡਰ ਰੋਕ ਰਹੇ ਨੇ ਸਾਰਿਆਂ ਨੂੰ ਕਿ ਨਾ ਪੱਥਰਬਾਜ਼ੀ ਕਰੋ। ਪਹਿਲਾਂ ਵੀ ਕਿਹਾ ਗਿਆ ਸੀ ਕਿ ਪੱਥਰਬਾਜ਼ੀ ਨਾ ਕੀਤੀ ਜਾਵੇ, ਸਟੇਜ ਦੇ ਉੱਤੋਂ ਵੀ ਐਲਾਨ ਹੋਇਆ ਸੀ, ਪਰ ਵਰਕਰ ਨੇ ਜਿਹੜੇ ਜਦੋਂ ਆਮ ਤੌਰ ਦੇ ਉੱਤੇ ਲਾਠੀਚਾਰਜ ਹੁੰਦਾ ਤਾਂ ਗੁੱਸਾ ਆਉਂਦਾ ਕਿਸੇ ਨੂੰ ਵੀ, ਪੁਲਿਸ ਦੇ ਖਿਲਾਫ਼ ਅਸੀਂ ਕਿਸਾਨ ਧਰਨਿਆਂ ਦੇ ਅੰਦਰ ਵੀ ਦੇਖਦੇ ਹਾਂ, ਹੋਰ ਥਾਵਾਂ 'ਤੇ ਵੀ ਦੇਖਦੇ ਹਾਂ, ਜਦੋਂ ਕਿਸੇ ਵਿਅਕਤੀ ਨੂੰ ਗੁੱਸਾ ਆਉਂਦਾ ਤਾਂ ਉਹ ਫਿਰ ਰਿਐਕਟ ਕਰਦਾ, ਰਿਐਕਸ਼ਨ ਦੀ ਜਿਹੜੀ ਪੋਲੀਟਿਕਸ ਹੁੰਦੀ ਹੈ, ਵਾਇਲੈਂਸ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਰਿਐਕਟਿਵ ਵਾਇਲੈਂਸ ਹੋਣਾ ਹੀ ਹੁੰਦਾ ਗਾ, ਤਾਂ ਉਹ ਹੁੰਦਾ ਗਾ। ਤਾਂ ਹੁਣ ਦੇਖਦੇ ਹਾਂ ਚੰਡੀਗੜ੍ਹ ਪੁਲਿਸ ਜਿਹੜੀ ਪਿੱਛੇ ਮੁੜ ਕੇ ਆਈ ਹੈਗੀ, ਉਹ ਦੇਖ ਰਹੇ ਹਾਂਗੇ ਕਿ ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਇਸ ਨੂੰ ਮੈਨੇਜ ਕਰਦੀ ਹੈ। ਪਿੱਛੇ ਤੱਕ ਤੁਸੀਂ ਦੇਖ ਸਕਦੇ ਹੋ, ਮੈਂ ਕਹੂੰਗਾ ਕਿ ਲੰਬਾ ਵਿਜ਼ੂਅਲ ਪਿੱਛੇ ਤੱਕ ਲਾਸਟ ਤੱਕ ਤੁਸੀਂ ਦੇਖ ਸਕਦੇ ਹੋ, ਚੰਡੀਗੜ੍ਹ ਦੇ ਅੰਦਰ ਅਕਾਲੀ ਦਲ ਦੇ ਵਰਕਰ 25 ਸੈਕਟਰ ਦੇ ਅੰਦਰ ਰੈਲੀ ਗਰਾਊਂਡ ਆ, ਉੱਥੋਂ ਵਿਧਾਨ ਸਭਾ ਵੱਲ ਵੱਧ ਰਹੇ ਸੀ, ਤਾਂ ਵੱਡੇ ਪੱਧਰ 'ਤੇ ਵਰਕਰ ਆਏ ਹੋਏ ਨੇ। ਸੁਖਬੀਰ ਬਾਦਲ ਬੈਠੇ ਨੇ ਉੱਥੇ, ਅਜੇ ਵਿਕਰਮ ਮਜੀਠੀਆ ਬੈਠੇ ਨੇ, ਹੁਣ ਦੇਖਦੇ ਹਾਂ ਚੰਡੀਗੜ੍ਹ ਪੁਲਿਸ ਕੀ ਕਰਦੀ ਆ। ਪਰ ਫਿਲਹਾਲ ਮੈਨੂੰ ਲੱਗਦਾ ਸਮਝੌਤਾ ਜਿਹੜਾ, ਇੱਕ ਚੰਡੀਗੜ੍ਹ ਪੁਲਿਸ ਦੇ ਅਫਸਰ ਵੀ ਬੈਠੇ ਨੇ, SSP ਵੀ ਆਏ ਹੋਏ ਨੇ, DSP ਵੀ ਆਏ ਹੋਏ ਨੇ, ਜਿੰਨੇ ਵੀ ਇਸ ਇਲਾਕੇ ਦੇ ਨੇ ਔਰ ਚੰਡੀਗੜ੍ਹ ਦੇ ਜਿਹੜੇ SSP ਨੇ ਉਹ ਵੀ ਇੱਥੇ ਨੇ, ਤਾਂ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਕਾਲੀ ਦਲ ਦੇ ਵਰਕਰਾਂ ਨੂੰ ਵੀ ਸਮਝਾਇਆ ਜਾ ਰਿਹਾ, ਤਾਂ ਇਹ ਲੜਾਈ ਆ ਜਿਹੜੀ, ਜਿਵੇਂ ਮੈਂ ਪਹਿਲਾਂ ਦੱਸਿਆ, ਇਹ ਗਰਾਊਂਡ ਤਿਆਰ ਹੋ ਰਿਹਾ 2019 ਤੇ 2022 ਦਾ, ਕਿਉਂਕਿ ਅਕਾਲੀ ਦਲ ਨੂੰ ਪਹਿਲੀ ਵਾਰ ਇਹ ਲੱਗਿਆ ਕਿ ਪਰਸੈਪਸ਼ਨ ਦੇ ਤੌਰ 'ਤੇ ਅਸੀਂ 17 ਹਾਰ ਗਏ ਸੀ, ਅਸੀਂ ਪਰਸੈਪਸ਼ਨ ਕਰਕੇ 17 ਹਾਰਿਆ, ਉਸ ਪਰਸੈਪਸ਼ਨ ਨੂੰ ਕਿਵੇਂ ਬਦਲਣਾ ਗਾ। ਜਿਹੜੀ ਉਹ ਪਰਸੈਪਸ਼ਨ ਸੀ, ਜਦੋਂ ਕਹਿੰਦੇ ਬੰਦਾ ਸੱਤਾ 'ਚ ਹੁੰਦਾ ਗਾ ਤਾਂ ਪਾਵਰ ਡਰੰਕਡ ਹੋ ਜਾਂਦਾ ਬੰਦਾ, ਸੱਤਾ ਦਾ ਨਸ਼ਾ ਬੰਦੇ ਨੂੰ ਹੋ ਜਾਂਦਾ, ਉਹ ਜਿਹੜੀ ਇੱਕ ਪਰਸੈਪਸ਼ਨ ਬਣ ਗਈ ਸੀ ਕਿ ਅਕਾਲੀ ਦਲ ਸ਼ਾਇਦ ਸੱਤਾ ਦੇ ਨਸ਼ੇ 'ਚ ਆ, ਗੱਲਾਂ ਸੁਣਨ ਨੂੰ ਹਟ ਗਿਆ ਕਿਸੇ ਦੀਆਂ, ਥਾਣੇਦਾਰਾਂ ਦੀ ਕੁੜੀ ਦੇ ਨਾਲ ਜਦੋਂ ਕੁਛ ਹੁੰਦਾ ਸੀਗਾ ਤੇ ਥਾਣੇਦਾਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ ਬਦਮਾਸ਼ਾਂ ਵੱਲੋਂ, ਇਸ ਤਰ੍ਹਾਂ ਦੀਆਂ ਵੀ ਘਟਨਾਵਾਂ ਹੋਈਆਂ ਸੀ। ਪਰ ਹੁਣ ਅਕਾਲੀ ਦਲ ਉਹ ਜ਼ਮੀਨ ਲੱਭ ਰਿਹਾ, ਆਪਣੀ ਜਿਹੜੀ ਖੋਈ ਹੋਈ ਜ਼ਮੀਨ ਆ ਉਹਨੂੰ ਲੱਭਣ ਦੇ ਲਈ ਪੋਲ ਖੋਲ ਰੈਲੀਆਂ 'ਚ ਤੇ ਚੰਡੀਗੜ੍ਹ ਦੀਆਂ ਇਹਨਾਂ ਸੜਕਾਂ ਦੇ ਅੰਦਰ ਅਕਾਲੀ ਦਲ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਵਿਕਰਮ ਮਜੀਠੀਆ ਆ ਕੇ ਬੈਠ ਰਹੇ ਨੇ, ਜਿਨ੍ਹਾਂ ਨੂੰ ਲੱਗਦਾ ਕਿ ਜਿਹੜੀ ਉਹ ਪਰਸੈਪਸ਼ਨ ਦੀ ਗੇਮ ਸੀ, ਜਿਹੜੀ ਅਸੀਂ ਹਾਰ ਗਏ ਸੀ, ਉਹਨੂੰ 2022 ਤੱਕ ਖੜਾ ਕਰਨਾ ਬਹੁਤ ਜ਼ਰੂਰੀ ਆ। ਤਾਂ ਹੁਣ ਦੇਖਦੇ ਹਾਂ ਕਿ ਪੰਜਾਬ ਦੇ ਲੋਕ 2022 'ਚ ਤੇ 2019 'ਚ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਦਿੰਦੇ ਨੇ ਔਰ ਅਕਾਲੀ ਦਲ ਇਸ ਰਣਨੀਤੀ 'ਚ ਕਿੰਨਾ ਕੁ ਕਾਮਯਾਬ ਰਹਿੰਦਾ। ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ, ABP ਸਾਂਝਾ, ਚੰਡੀਗੜ੍ਹ।